ਪੰਜਾਬ 'ਚ ਬਲਾਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀਆਂ ਚੋਣਾਂ ਹੋ ਰਹੀਆਂ ਨੇ। ਉੱਥੇ ਹੀ ਅੱਜ ਮੋਗਾ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਰੱਖੀ ਗਈ ਸੀ। ਦੱਸ ਦਈਏ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ ਮੋਗਾ ਵਿੱਚ 20 ਮੈਂਬਰ ਨੇ, ਜਿਨ੍ਹਾਂ ਵਿੱਚੋਂ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਲਈ ਅਧਿਕਾਰੀ ਐਸਟੀ ਨਰਿੰਦਰ ਸਿੰਘ ਨੂੰ ਲਗਾਇਆ ਗਿਆ ਸੀ, ਲੇਕਿਨ ਅੱਜ ਕੋਰਮ ਪੂਰਾ ਨਾ ਹੋਣ ਦੇ ਕਾਰਨ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ। ਐਸਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਚੋਣਾਂ ਨਾ ਹੋਣ ਦਾ ਕਾਰਨ ਕੋਰਮ ਪੂਰਾ ਨਹੀਂ ਹੋਣਾ। ਉਹੀ ਕੋਰਮ ਦੇ ਮੁਤਾਬਕ ਅੱਜ 14 ਮੈਂਬਰਾਂ ਦਾ ਹੋਣਾ ਜ਼ਰੂਰੀ ਸੀ, ਲੇਕਿਨ ਅੱਜ ਸਿਰਫ 3 ਹੀ ਮੈਂਬਰ ਹਾਜ਼ਰ ਹੋਏ ਨੇ, ਇਸ ਦੇ ਕਾਰਨ ਚੋਣ ਨਹੀਂ ਹੋ ਸਕੀ। ਹੁਣ ਇਸ ਚੋਣ ਦੀ ਪ੍ਰਕਿਰਿਆ ਦੁਬਾਰਾ ਕੀਤੀ ਜਾਵੇਗੀ। ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੀ ਸੀਗੀ, ਇਹਦੇ ਵਿੱਚ ਕੈਂਸਲ ਨਹੀਂ ਕੀਤੀ ਜੀ। ਇਹਦੇ ਵਿੱਚ ਹੁੰਦਾ ਹੈ ਕਿ ਪੰਚਾਇਤੀ ਰਾਜ ਐਕਟ ਅਤੇ ਪੰਚਾਇਤੀ ਰਾਜ ਰੂਲ ਦੇ ਅਕੋਰਡਿੰਗ ਇਹ ਚੋਣ ਕਰਵਾਈ ਜਾਣੀ ਹੁੰਦੀ ਹੈ। ਪੰਚਾਇਤੀ ਰਾਜ ਰੂਲ ਦੇ ਵਿੱਚ ਇੱਕ ਰੂਲ 45 ਹੈ, ਜਿਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਪਹਿਲੀ ਜਿਹੜੀ ਮੀਟਿੰਗ ਹੁੰਦੀ ਹੈ ਇਲੈਕਸ਼ਨ ਆਫ ਚੇਅਰਮੈਨ ਐਂਡ ਵਾਈਸ ਚੇਅਰਮੈਨ, ਉਹਦੇ ਵਿੱਚ ਕੋਰਮ 2/3 ਮੈਂਬਰਾਂ ਨਾਲ ਪੂਰਾ ਹੁੰਦਾ। ਆਪਣੇ ਕੋਲ ਟੋਟਲ ਮੈਂਬਰ ਜਿਹਦੇ ਵਿੱਚ 15 ਚੁਣੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਤੇ 5 ਇਲੈਕਟਡ ਬਲਾਕ ਸਮਿਤੀਆਂ ਦੇ ਚੇਅਰਮੈਨ, ਕੁੱਲ 20 ਮੈਂਬਰ ਸੀਗੇ। ਇਹਨਾਂ ਦਾ ਕੋਰਮ 14 ਮੈਂਬਰ ਆਉਣ ਨਾਲ ਪੂਰਾ ਹੋਣਾ ਸੀ, ਜਦੋਂ ਕਿ ਅੱਜ ਸਿਰਫ 3 ਮੈਂਬਰ ਸਾਡੇ ਕੋਲ ਆਏ ਆ, ਇਸ ਕਰਕੇ ਇਸ ਮੀਟਿੰਗ ਨੂੰ ਮੁਲਤਵੀ ਕਰਨਾ ਪਿਆ। ਅੱਛਾ, ਅੱਗੇ ਕੋਈ ਚੋਣ ਨਿਸ਼ਚਿਤ ਕੀਤੀ ਤਰੀਕ ਜੀ? ਨਹੀਂ, ਇਹਦੀ ਤਰੀਕ ਅੱਗੇ ਅਸੀਂ ਰਿਟਨ ਦੇ ਵਿੱਚ ਹੀ ਦੁਬਾਰਾ ਕਰਕੇ ਭੇਜਾਂਗੇ ਅਤੇ ਸਾਰੇ ਜਿੰਨੇ ਵੀ ਮੈਂਬਰ 20 ਦੇ 20 ਉਹਨਾਂ ਨੂੰ ਤਬਦੀਲ ਕਰਵਾਉਣਾ। ਸਰ, ਕੋਈ ਅਨਾਊਂਸਮੈਂਟ ਕਰਵਾਈ ਗਈ? ਕਈ ਵਾਰੀ ਕੋਈ ਬਾਹਰ ਬੈਠਾ ਹੁੰਦਾ ਜੀ ਮੈਂਬਰ ਜਿੰਨੇ ਅੰਦਰ? 15 ਮਿੰਟ ਅਸੀਂ ਅੰਦਰ ਬੈਠ ਕੇ ਵੇਟ ਕੀਤੀ ਹੈ। 15 ਮਿੰਟ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਬਾਹਰ ਜਾ ਕੇ ਬਕਾਇਦਾ ਵੀਡੀਓਗ੍ਰਾਫੀ ਕਰਵਾ ਕੇ ਇਹ ਅਨਾਊਂਸ ਕਰਵਾਇਆ ਹੈ ਕਿ ਜੇ ਕੋਈ ਮੈਂਬਰ ਇਸ ਸਦਨ ਦੀ ਕਾਰਵਾਈ 'ਚ ਹਿੱਸਾ ਲੈਣਾ ਚਾਹੁੰਦਾ ਹੋਵੇ ਤਾਂ ਬਾਹਰ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਅੰਦਰ ਆ ਜਾਓ, ਪਰੰਤੂ ਵੇਟ ਕਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ। ਸਰ, ਅੱਗੇ ਕੋਈ ਟਾਈਮ ਬਾਊਂਡ ਹੁੰਦਾ ਜੀ ਇਹਦਾ, ਵੀ ਨੈਕਸਟ ਜਿਹੜੀ ਮੀਟਿੰਗ ਰੱਖਣੀ ਉਹਦਾ ਕੋਈ ਟਾਈਮ ਬਾਊਂਡ ਹੁੰਦਾ? ਨੈਕਸਟ ਮੀਟਿੰਗ ਜਿਹੜੀ ਰੱਖਣੀ ਆ ਉਹਦੇ 'ਚ ਘੱਟੋ ਘੱਟ ਸਮਾਂ 24 ਘੰਟੇ ਦੇਣਾ ਪੈਂਦਾ ਅਤੇ ਵੱਧ ਤੋਂ ਵੱਧ ਸਮੇਂ ਦਾ ਕੋਈ ਨਹੀਂ। ਆਵਾਜ਼ੀ ਕੰਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।